ਤੂੰ ਤੇ ਡੈਡੀ ਲੈਜੈਂਡ ਹੋ ਬਾਪੂ। ਉਹਨੇ ਵੀ ਸਿਰਾ ਲਾਇਆ ਸੀ। ਮੈਨੂੰ ਲੱਗਦਾ ਮੈਂ ਤਾਂ ਇਕੱਲੇ ਪੀਪੇ ਭੰਨਣ ਚੁੱਕ ਗਈ ਹਾਂ। ਅਸਲ 'ਚ ਕਦੇ ਮੌਕਾ ਨਹੀਂ ਲੱਗਣਾ ਹਥਿਆਰ ਚਲਾਉਣ ਦਾ। ਹਥਿਆਰ ਚਲਾਉਣ ਦਾ ਕਾਰਨ ਜਾਇਜ਼ ਹੋਣਾ ਚਾਹੀਦਾ। ਜੇ ਕਾਰਨ ਪਤਾ ਹੀ ਨਾ ਹੋਵੇ ਤਾਂ ਰਿਸ਼ਤਾ ਤੈਅ ਕਰਦਾ ਕਿ ਗੋਲੀ ਚਲਾਉਣੀ ਕਿਹਦੇ ਲਈ ਆ। ਨਿਸ਼ਾਨਾ ਤਾਂ ਸਹੀ ਸਿੰਦੀ ਹੈ ਤੂੰ, ਪਰ ਲੱਗਦਾ ਨਹੀਂ। ਇਹਨੂੰ ਵੇਖ, ਇਹਦਾ ਸਹੀ ਲੱਗਦਾ। ਕਹਿੰਦੇ ਕੋ ਹੁੰਦੇ ਸਰਦਾਰਾਂ ਦੀ ਧੀ ਹੈ, ਬਾਦਲਾਂ ਜਿੰਨੀ ਜ਼ਮੀਨ ਆਉਂਦੀ ਆ। ਮੈਨੂੰ ਕੀ ਦੱਸਦੀ ਆ, ਮੈਂ ਠੇਕੇ ਤੇ ਲੈਣੀ ਆ। ਤੂੰ ਇੰਨਾ ਸਹੀ ਨਿਸ਼ਾਨਾ ਕਿਵੇਂ ਲਾ ਲੈਣਾ? ਉਹਦੇ ਲਈ ਤਾਂ ਅਸਲੇ ਨੂੰ ਮਸ਼ੂਕ ਬਣਾਉਣਾ ਪੈਂਦਾ ਤੇ ਬਰੂਦ ਨਾਲ ਮੁਹੱਬਤ ਕਰਨੀ ਪੈਂਦੀ ਆ। ਮੈਨੂੰ ਸਿਖਾ ਦੇਗਾ? ਮੁਹੱਬਤ ਕਰ ਲੇਂਗੀ। ਉਹਦੇ ਨਾਲ ਵਧੀਆ ਮੁੰਡਾ ਨਹੀਂ ਮਿਲਣਾ ਤੈਨੂੰ। ਅਗਲੇ ਨੇ ਲੱਖ ਦੇ ਤਾਂ ਕਾਰਤੂਸ ਫੂਕਤੇ ਹੋਣੇ ਤੇਰਾ ਨਿਸ਼ਾਨਾ ਸਿੱਧਾ ਕਰਨ ਦੇ ਚੱਕਰਾਂ 'ਚ। ਜੇ ਤੂੰ ਮੇਰੇ ਨਾਲ ਵਿਆਹ ਕਰਾਉਣਾ, ਬੰਦੇ ਮਾਰਨੇ ਆ ਦੋ। ਤੈਨੂੰ ਡਰੈਡ ਫੋਨ ਲੈ ਦੂੰ, ਘੈਂਟ ਜਾ, ਪਬਜੀ ਖੇਡੀ ਜਿੰਨੇ ਮਰਜ਼ੀ ਬੰਦੇ ਮਾਰੀ। ਸੀਰੀਅਸ ਹਾਂ ਮੈਂ। ਮੈਂ ਕਦੇ ਬੰਦਾ ਨਹੀਂ ਮਾਰਿਆ, ਮੇਰੇ ਲਈ ਬਹੁਤ ਵੱਡੀ ਗੱਲ ਆ। ਮੇਰੀ ਲੜਾਈ ਬੰਦਾ ਮਾਰਨ ਤੇ ਹੀ ਹੱਲ ਹੋ। ਪਰ ਬੰਦੇ ਮਾਰਨੇ ਕਿਉਂ ਆ? ਇਹਦਾ ਜਵਾਬ ਤੈਨੂੰ ਪਹਿਲਾਂ ਬੰਦਾ ਮਾਰਨ ਤੋਂ ਬਾਅਦ ਦਊਂ। ਉਹ ਗੰਨ ਹਾਊਸ ਚਲਾਉਣੇ ਸਰਦਾਰਾਂ ਦਾ ਕੰਮ ਹੈ। ਤੁਹਾਡਾ ਸਰਦਾਰ ਪੁਣਾ ਤੇਰੇ ਪਿਓ ਨਾਲ ਹੀ ਮਰ ਗਿਆ। ਤੁਹਾਡੇ ਬਲੂ ਬਲੱਡ ਤੇ ਸਾਡੀ ਲੈਗਸੀ 'ਚ ਫਰਕ ਆ। ਇਹਨੂੰ ਪੈਸਿਆਂ ਨਾਲ ਨਹੀਂ ਖਰੀਦਿਆ ਜਾ ਸਕਦਾ। ਕੀ ਮਰਡਰ ਅਟੈਂਸ਼ਨਲ ਸੀ ਜਾਂ ਸਿਚੁਏਸ਼ਨ? ਕਾਸ਼ ਮੈਨੂੰ ਕਿਸੇ ਤੇ ਸ਼ੱਕ ਹੁੰਦਾ, ਤੂੰ ਕਿਸੇ ਦਾ ਪੋਸਟਮਾਰਟਮ ਕਰਾ ਰਿਹਾ ਹੁੰਦਾ। ਤੂੰ ਮੇਰੇ ਭਰਾ ਨੂੰ ਵਰਤਿਆ, ਸ਼ਾਇਦ ਭੈਣਾਂ ਤੇ ਮਸ਼ੂਕਾਂ ਦੇ ਪਿਆਰ 'ਚ ਇਹੀ ਫਰਕ ਆ। ਇਹਨਾਂ ਕਤਲਾਂ ਦੀ ਸ਼ੁਰੂਆਤ ਭਾਵੇਂ ਤੇਰੇ ਤੋਂ ਹੋਈ ਸੀ, ਪਰ ਮੁੱਕੀ ਸਾਡੀ ਲੈਗਸੀ ਤੇ ਆ ਕੇ। ਹੁਣ ਉਸ ਲੈਗਸੀ ਦਾ ਹਿੱਸਾ ਮੈਂ ਵੀ ਹਾਂ। ਸਹੀ ਕਹਿੰਦਾ ਸੀ ਬਾਪੂ, ਇਹ ਸਾਡੀ ਖਾਨਦਾਨੀ ਲੈਗਸੀ ਆ ਜਿਹੜੀ ਆਉਣ ਵਾਲੀਆਂ ਨਸਲਾਂ ਦੇ ਖੂਨ 'ਚ ਲਹੂ ਬਣ ਕੇ ਵਗੂਗੀ ਤੇ ਹੱਕ ਸੱਚ ਦੇ ਇਨਸਾਫ ਲਈ ਤੂੰ ਫੰਗ ਬਣ ਕੇ ਖੜੀ ਰਹੂਗੀ।